ਜਨਾਬ ਅੱਜ ਤਾਰੀਖ 2 ਹੈਗੀ ਹੈ, 2 ਤਾਰੀਖ 12ਵਾਂ ਮਹੀਨਾ 2021 ਜਿਵੇਂ ਰਾਤ ਦਾ ਦਿਨ ਹੈਗਾ ਤੇ ਜਨਾਬ ਦੋਸਤਾਂ ਵਾਸਤੇ ਸ਼ੁਕੀਨ ਜੋਤੀ ਲੈ ਕੇ ਆਇਆ ਜਨਾਬ। ਦੂਸਰਾ ਵਾਰਾ ਬਿਲਕੁਲ ਹੁਣ ਡਿਲੀਵਰ ਕੀਤਾ ਸੀ, ਪਿੱਛੇ ਮਾਸ਼ਾਅੱਲਾ ਆਪਣੇ ਰੰਗੀ ਸਿਆਹ ਕਾਲੀ ਇਕੱਠੀ ਦਿੱਤੀ ਸੀ। ਪਿਓਰ ਨੀਲੀ ਦਾ ਬ੍ਰਾਂਡ ਲੈ ਕੇ ਆਇਆ, ਸਿਆਹ ਕਾਲੀ ਜੋਤੀ ਸਿਰਫ ਕੁਸ਼ਲ ਦੇ ਸਫੈਦ ਵਾਲ ਹੈ, ਠੀਕ ਹੈ। ਅੱਜ ਦੋਸਤਾਂ ਨੂੰ ਮੁਕੰਮਲ ਤਸੱਲੀ ਕਰਾਵਾਂਗੇ। ਉਸ ਤੋਂ ਪਹਿਲੇ ਗੁਜ਼ਾਰਿਸ਼ ਹੈ ਕਿ ਆਪਣੇ ਚੈਨਲ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ, ਕਿਉਂਕਿ ਸਾਡੀ ਆਉਣ ਵਾਲੀ ਨਈ ਵੀਡੀਓ ਤੁਹਾਡੇ ਦੋਸਤਾਂ ਤੱਕ ਬਾਸਾਨੀ ਪਹੁੰਚੇ। ਤੇ ਇਹ ਤੁਹਾਡੇ ਦੋਸਤਾਂ ਦੇ ਤਮਨ ਨਾਲ ਆਪਣਾ ਨਵਾਂ ਚੈਨਲ ਹੈ, ਆਪਣਾ ਹੀ ਮਾਲ ਹੈ, ਆਪਣਾ ਹੀ ਚੈਨਲ ਹੈ। ਤੇ ਇਨਸ਼ਾਅੱਲਾ ਦੋਸਤਾਂ ਨੂੰ ਵਿਖਾਵਾਂ ਨਾਲ ਮੁਕੰਮਲ ਤਸੱਲੀ ਕਰਾਵਾਂਗੇ। ਦੂਸਰਾ ਆਪਣਾ ਉਕਾੜਾ ਐਨੀਮਲ ਟੀਵੀ ਹੈਗਾ, ਉਹਦੇ ਤੇ ਵੀ ਇਨਸ਼ਾਅੱਲਾ ਵੀਡੀਓ ਲੱਗੇਗੀ, ਉਕਾੜਾ ਐਨੀਮਲ ਟੀਵੀ ਤੇ ਉਹਨੂੰ ਵੀ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰਨਾ, ਉਹ ਵੀ ਆਪਣਾ ਚੈਨਲ ਹੈ। ਤੇ ਇਨਸ਼ਾਅੱਲਾ ਜਨਾਬ ਵਿਖਾਵਾਂ ਨਾਲ ਤੁਹਾਨੂੰ ਮੁਕੰਮਲ ਤਸੱਲੀਆਂ ਕਰਾਵਾਂਗੇ। ਉਸ ਤੋਂ ਬਾਅਦ ਰਾਏ ਸਾਹਿਬ ਨਾਲ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜਨਾਬ। ਤੇ ਲੋਕੇਸ਼ਨ ਆਪਣੀ ਜਨਾਬ ਅੱਡਾ ਬੁੰਗਾ ਜਾਂ ਤਹਿਸੀਲੋ ਜ਼ਿਲ੍ਹਾ ਪਾਕਪਤਨ ਸ਼ਰੀਫ, ਰਾਏ ਸ਼ਹਿਬਾਜ਼ ਸਾਹਿਬ, ਇਹਨਾਂ ਕੋਲ ਜੋਤੀ ਖੜੀ ਜਨਾਬ 0306-00-42-917। ਇਹ ਲੋਕਲ ਹੈ, ਵਟਸਐਪ ਨੰਬਰ ਹੈ ਤੇ ਸਾਡਾ ਰਾਬਤਾ ਨੰਬਰ ਹੈ 0301-73-23-886। ਤੇ ਇਨਸ਼ਾਅੱਲਾ ਜਨਾਬ ਪਹਿਲਾਂ ਤੁਹਾਨੂੰ ਵਿਖਾਣੇ, ਉਸ ਤੋਂ ਬਾਅਦ ਸਾਰੀ ਗੱਲਬਾਤ ਕਰਾਂਗੇ ਰਾਏ ਸਾਹਿਬ ਨਾਲ, ਕੀ ਇਹਦਾ ਹਿਸਾਬ ਕਿਤਾਬ ਹੈ, ਮੁਕੰਮਲ ਤਸੱਲੀਆਂ ਕਰਾਵਾਂਗੇ। ਤੇ ਇਨਸ਼ਾਅੱਲਾ ਜਨਾਬ ਰੀਅਲ ਐਨੀਮਲ ਟੀਵੀ ਦੋਸਤਾਂ ਵਾਸਤੇ ਬਿਹਤਰੀਨ ਜਾਨਵਰ ਲੈ ਕੇ ਆਉਂਦਾ ਜਨਾਬ, ਬਿਲਕੁਲ ਤਾਜ਼ਾ ਸੂਈ ਹੈ, ਸਿਆਹ ਕਾਲੀ ਜੋਤੀ ਪਿਓਰ ਨੀਲੀ ਦੀ ਜਨਾਬ, ਚੱਪਾ ਚੱਪਾ ਪਸ਼ਮ ਹੈ ਜੋਤੀ ਤੇ। ਤੇ ਅੰਡਰ ਕੁਆਲਿਟੀ ਤੁਹਾਨੂੰ ਵਿਖਾਣੇ ਜਨਾਬ, ਤੇ ਰਾਏ ਸਾਹਿਬ ਕੋਲ ਸਾਰੀਆਂ ਗੱਲਾਂ ਪੁੱਛਣੇ ਆ ਜਨਾਬ। ਮਾਸ਼ਾਅੱਲਾ ਜਨਾਬ ਬਿਲਕੁਲ ਤਾਜ਼ਾ ਸੂਈ ਹੈ, ਮਾਸ਼ਾਅੱਲਾ ਜਨਾਬ ਰਾਏ ਸਾਹਿਬ। ਅਸਲਾਮ ਅਲੈਕਮ ਸਾਰੇ ਭਰਾਵਾਂ ਨੂੰ, ਠੀਕ ਹੈ, ਜਿਹੜੇ ਮੇਰੇ ਭਾਈ ਬਾਹਰ ਬੈਠੇ ਨੇ, ਠੀਕ ਹੈ, ਪ੍ਰਦੇਸ਼ ਤੇ ਜਿਹੜੇ ਪਾਕਿਸਤਾਨ ਬੈਠੇ ਨੇ, ਸਾਰਿਆਂ ਨੂੰ ਮੇਰੀ ਤਰਫੋਂ ਸਲਾਮ ਹੈ ਜੀ। ਜੀ ਇਨਸ਼ਾਅੱਲਾ ਬੜੀ ਇੱਜ਼ਤ ਕਰਦੇ ਨੇ, ਠੀਕ ਹੈ, ਸਾਡਾ ਚੈਨਲ ਨੂੰ ਵੇਖਦੇ ਨੇ, ਉਹਨਾਂ ਦੀ ਬੜੀ ਮਿਹਰਬਾਨੀ, ਸਾਡਾ ਮਾਲ ਵੇਖਦੇ ਨੇ। ਮਾਲ ਤੁਹਾਨੂੰ ਪਤਾ ਇਨਸ਼ਾਅੱਲਾ ਹਰ ਰੋਜ਼ਾਨਾ ਤੋਹਫਾ ਨਵਾਂ ਲੈ ਕੇ ਆਉਂਦੇ ਹਾਂ, ਬਿਲਕੁਲ ਜੀ ਬਿਲਕੁਲ, ਠੀਕ ਹੈ। ਇਹ ਨਹੀਂ ਹੈਗਾ ਤਰੰਡਾ ਇਕੱਠਾ ਕਰਕੇ ਤੇ ਕਿਸੇ ਦੇ ਆਖੇ ਨਾ ਹੋਵੇ ਤੇ ਕਿਸੇ ਦੇ ਕਿਵੇਂ ਤੇ ਕੋਈ ਕਿਵੇਂ, ਤਾਜ਼ੀ ਮਸ ਹੋਈ ਉਹ ਦੂਜੇ ਜੋਟੀ ਪਿਓਰ ਨੀਲੀ ਦੀ ਦਰਿਆ ਦੀ ਜੀ ਜੀ, ਐਡ ਸੁਲੇਮਾਨਕੀ ਦੀ ਜੋਟੀ ਹੈ, ਬਿਲਕੁਲ ਬਾਰਡਰ ਦੇ ਉੱਤੋਂ ਕੈਂਪ ਜਿੰਦੇ ਜੀ ਪਿੰਡ ਹੈ। ਰਾਏ ਸਾਹਿਬ ਇਹਨੂੰ ਕਿੰਨੀ ਦੇਰ ਹੋਈ ਸੋਈ ਨੂੰ? ਇਹ ਜਨਾਬ 1 ਘੰਟਾ ਹੋਇਆ ਸੋਈ ਨੂੰ, 1 ਘੰਟਾ ਹੋਇਆ ਸੋਈ ਨੂੰ। ਜੇਰ ਪਾ ਲਈ ਹੈ ਬੱਚੇ ਨੂੰ, ਡੋਕਾ ਡੋਕਾ ਮਰਾਇਆ ਤੇ 2 ਕਿਲੋ ਦੁੱਧ ਵਿੱਚ ਹੋਇਆ, ਮਾਸ਼ਾਅੱਲਾ, ਕਿਉਂਕਿ ਜੇਰ ਉਸ ਲਈ ਸੱਟੀ ਸੀ, ਹੁਣ ਜੇਰ ਇਹਨੇ ਸੱਟ ਲਈ। ਅੰਡਰ ਕੁਆਲਿਟੀ ਜਨਾਬ, ਬਹੁਤ ਪਿਆਰੀ ਲਾਜਵਾਬ ਹੈ, ਤਸੱਲੀ ਕਰਾਣੀ ਹੈ ਭਰਾਵਾਂ ਨੂੰ, ਇਹ ਮੁਕੰਮਲ ਚੱਡਾ ਨਹੀਂ ਹੈ। ਹਾਂਜੀ, ਇਹਦੇ ਵਿੱਚੋਂ ਤਕਰੀਬਨ ਕਮੋ ਪੇਸ਼ ਵੀ 3 ਕਿਲੋ ਨਾਰਾ ਨਿਕਲ ਗਈ ਹੈ ਜੀ ਜੀ, ਠੀਕ ਹੈ, ਤਸੱਲੀ ਕਰਾ। ਇਨਸ਼ਾਅੱਲਾ ਸਿਆਹ ਕਾਲੀ ਨੀਲੀ ਦਾ ਜੈਨਵਰ ਬ੍ਰਾਂਡ ਹੈ, ਕੋੜੀ ਗੁੰਨੀ ਤੂੰ ਮੈਂ ਬਿਲਕੁਲ ਪਾਕ ਹੋਵੇਗੀ ਇਨਸ਼ਾਅੱਲਾ ਅੱਲਾ ਹੁਕਮ ਨਾਲ। ਥਣਾ ਦੀ ਵੰਡਾ ਬੜੀਆਂ ਸੋਹਣੀਆਂ ਹੈ ਮਾਸ਼ਾਅੱਲਾ, ਇਹ ਜੀ ਥਣ ਇਨਸ਼ਾਅੱਲਾ ਘੱਟ ਮਿਲਦਾ, ਦੁੱਧ ਵਾਲਾ ਥਣ ਤੇ ਗਵਾਲ ਵਾਲਾ ਚੈੱਕ ਕਰੋ, ਬੜਾ ਪਿਆਰਾ ਥਣ ਹੈ ਮਾਝ ਨੂੰ ਜੀ ਜੀ। ਮੈਂ ਦੀ ਕੋੜੀ ਬਿਲਕੁਲ ਨਹੀਂ, ਕੋੜੀ ਕਤਰੀ ਕਤਰੀ ਮੈਂ ਸਿਰ ਹੈਗਾ ਸਿਆਹ ਕਾਲੀ ਮੱਝ, ਪਿਓਰ ਦਰਿਆ ਦੀ ਪਿਓਰ ਨੀਲੀ ਦਾ ਮਾਲ ਮੇਰਾ ਨਾ ਹੋਵੇ ਜੀ ਜੀ, ਉਸ ਗੱਲ ਦਾ ਮੈਂ ਜੁਰਮਦਾਰ ਹਾਂ, ਠੀਕ ਹੈ ਜੀ। ਮਾਸ਼ਾਅੱਲਾ ਜਨਾਬ, ਰਾਹ ਸਾਡੇ ਨਾਲ ਬੜਾ ਤਾਉਣ ਕਰਦੇ ਨੇ, ਔਰ ਦੂਸਰੀ ਜੋ ਕੁਝ ਵੀ ਹੈ ਮੇਰੇ ਭਰਾਵਾਂ ਦੀ ਨਜ਼ਰ ਹੈ, ਇਹਨੂੰ ਤਸੱਲੀ ਨਾਲ ਵੇਖ ਲਵਨ, ਇਹ ਗੱਲਾਂ ਕੀਤਿਆਂ ਸਹੀ ਮੱਝ ਨਹੀਂ ਬਣਨੀ, ਠੀਕ ਹੈ ਨਾ, ਆਦੀ ਤਸੱਲੀ ਕਰੋ, ਬਿਲਕੁਲ ਇੱਕ ਚੀਜ਼ ਦੀ ਰਾਸ ਤਸੱਲੀ ਕਰਾਉਣੀ ਹੈ ਤੇ ਬਰੀਕ ਚਮੜੀ ਹੈ ਤੇ ਉੱਤੇ ਲਾ ਹਾਲ ਹਾਲ ਨਹੀਂ ਪਾਣੀ ਚਮੜੀ, ਬਿਲਕੁਲ ਇਹ ਵੇਖੋ, ਬਿਲਕੁਲ ਸਾਰੀ ਬਰੀਕ, ਮੈਂ ਇਹਦਾ ਪੁੱਠਾ ਖੁੱਡਾ, ਠੀਕ ਹੈ, ਮੈਂ ਇਹਦਾ ਹਵਾਨਾ ਚੈੱਕ ਕਰਾ, 2-2 ਫੁੱਟ ਬਾਹਰ ਹੈ ਕਿ ਨਹੀਂ, ਜੇਬ ਤੂੰ ਮੈਂ ਕਲੀਅਰ ਹੈ ਇਨਸ਼ਾਅੱਲਾ ਅੱਲਾ ਹੁਕਮ ਨਾਲ, ਤੋਰ ਫੇਰ ਕੇ ਵੀ ਵੀਰਾਂ ਨੂੰ ਵਿਖਾਵਾਂਗੇ ਇਨਸ਼ਾਅੱਲਾ, ਤਸੱਲੀ ਕਰਾ, ਪਿੱਛੇ ਉਹ ਤੇ ਵਗਾ ਕੈਮਰਾ ਪਿੱਛੇ ਬੰਦੇ ਹੁਣ ਅੱਲਾ ਹੁਕਮ, ਨਕਲਾਂ ਲਾਵਾਂ ਲੱਗ ਪੈਣ ਤੇ ਇਹ ਬਿਹਤਰੀ ਹੈ, ਇਹ ਬਿਹਤਰੀ ਹੈ, ਜਿਹੜੀ ਨਕਲ ਲਾਉਂਦੇ ਪੈਣ ਨਾ ਪਿੱਛੇ ਉਹ ਤੇ ਵਿਖਾਓ,
ਪਿੱਛੇ ਤੇ ਵਿਖਾਓ ਨਾ, ਸਾਰਿਆਂ ਨੂੰ ਤਸੱਲੀ ਕਰਾਓ, ਥੱਲੇ ਬੈਠ ਨਾ ਵਿਖਾਓ, ਪਹਿਲੇ ਪਿੱਛੇ ਬੈਠ ਨੀ ਵਿਖਾਉਂਦੇ। ਹੁਣ ਇਨਸ਼ਾਲਾ ਹੌਲੀ ਹੌਲੀ ਬੰਦੇ ਆਖਣ ਲੱਗ ਪਏ ਪਿੱਛੇ ਤੇ ਕੈਮਰਾ ਚੈੱਕ ਕਰਾਉਂਦੇ ਪਏ, ਉਹ ਸਾਡਾ ਫਾਇਦਾ ਹੀ ਹੈ, ਉਹ ਤੁਹਾਡੇ ਭਰਾਵਾਂ ਦਾ ਫਾਇਦਾ ਹੀ ਹੈ। ਸਾਡੇ ਆਖਣ ਨਾਲ ਚਲੋ ਲੋਕ ਪਿੱਛੇ ਹਟ ਕੇ ਮਾਲ ਤਾਂ ਤਸੱਲੀ ਨਾ ਵਿਖਾਉਂਦੇ, ਤੇ ਥੱਲੇ ਲੰਮੇ ਤਾਂ ਨੀ ਪੈਂਦੇ, ਜਾਂ ਟੋਇਆ ਖੱਟ ਤੇ ਜੇ ਛਲੀਆਂ ਤੁੰਨ ਦਿੱਤੀਆਂ ਹੈ ਤੇ ਮੈਂ ਮਗਰੂ ਉੱਤੇ ਤੇ ਮਗਰੂ ਆਗੂ ਆਈ ਨੀਵੀ ਉੱਤੇ ਡਿੱਗੀ ਪਈ ਤੇ ਪਿੱਛੋਂ ਸਾਰਾ ਹਰ ਮਲਾ ਬਾਹਰ, ਚੰਡਾ ਨਾਮ ਵੀ ਹੋਵੇ ਤੇ ਮੁੜ ਵੀ ਬਾਹਰ। ਠੀਕ ਹੈ, ਚਲੋ ਇੰਨੀ ਮੇਰੀ ਗੱਲ ਕਰਨ ਨਾਲ, ਠੀਕ ਹੈ ਮੇਰੇ ਬਰਾਵਾਂ ਨੂੰ ਮਾਲ ਤੇ ਤਸੱਲੀ ਨਾ ਵਿਖਾਉਂਦੇ ਪੈਣਾ ਬੰਦੇ। ਕੱਟੀ ਉਠਾ ਹੈ ਜਨਾਬ, ਮਾਸ਼ਾਅੱਲਾ ਕੱਟੀ ਦੇਖ ਲਓ, ਟੋਰ ਫਿਰ ਤੇ ਵਿਖਾਵਾਂਗੇ ਜੀ, 12-13 ਲੈ ਆਂਦੀ ਇਕੱਠੀਆਂ ਕਰਕੇ ਆ, ਇੱਕ ਇੱਕ ਤੋਹਫਾ ਲਿਆਵਾਂਗਾ, ਚੁੱਕ ਤੇ ਲਿਆਉਣਾ ਬਰਾਮ ਵਾਸਤੇ, ਮਿਹਨਤ ਕਰਦੇ ਲਿਆਉਣਾ, ਸਹੀ ਕਰਾਓ। ਮਾਸ਼ਾਅੱਲਾ ਵੇਲ ਤੁਸੀਂ ਖੁਦ ਵੇਖਣੀ ਦੋਸਤੋ, ਲੰਬਾਈ ਚੈੱਕ ਕਰ, ਮੈਂ ਦੀ ਗਰਦਨ ਵੇਖ, ਮੱਝ ਨੂੰ ਗੱਟ ਮਸਾ ਪੂਰਾ ਆਇਆ, ਛੋਟਾ ਕੀਤਾ, ਬਿਲਕੁਲ ਬਰੀਕ ਗਰਦਨ, ਹਾਂਜੀ ਬਰੀਕ ਗਰਦਨ ਬਿਲਕੁਲ, ਸਿਆਹ ਕਾਲੀ ਅੱਡੀ ਚੈੱਕ ਕਰ, ਆਇਆ ਇਧਰ ਵੇਖ ਬਿਲਕੁਲ ਬਰੀਕ, ਅੱਛਾ ਕਰਾ ਪਿੱਛੋ ਪਿੱਛੋ, ਅੱਗੇ ਨੀ ਕਰਾਉਣਾ ਪਿੱਛ, ਅਗਾ ਅਸੀਂ ਤਾਂ ਕੈਮਰਾ ਕਰਨੇ ਆ ਵੀ ਥਨ ਥੁਨ ਆਦਾ ਵਿਰਲਾ ਸ਼ਿਰਲਾ ਵੇਖ ਲਵਣ, ਹੋਰ ਚੱਡਾ ਵੱਡਾ ਵਿਖਾਵਣ ਵਾਸਤੇ ਨਹੀਂ ਕਰ ਰਹੇ ਜੀ, ਜੀ ਚੱਡਾ ਜਿਹੜਾ ਹੈਗਾ ਜਨ ਮੈਨੂੰ ਤੁਹਾਡੇ ਸਾਹਮਣੇ ਆ ਜਾਵੇਗਾ, ਤਸੱਲੀ ਕਰਾਣੀ ਨਾ ਵੀਰਾਂ, ਐ ਚੱਕਰ ਸੂ ਮੈਂ ਦੀ ਛੋਟੀ ਨੀਲੀ ਦੀ, ਮੈਂ ਦੀ ਹਮੇਸ਼ਾ ਸੂ ਛੋਟੀ ਹੋਵੇਗੀ ਜੀ, ਜੀ ਰਾਵੀ ਵਾਲੀ ਮੈਂ ਦੀ ਸੂ ਹੋਵੇਗੀ ਅਰਕ ਜੇਡੀ ਜੀ, ਜੀ ਹਾਂਜੀ ਚੱਕ ਕਰਾਓ ਆ ਕੱਟੀ ਵਿਖਾਈ, ਹਾਂਜੀ ਹਾਂਜੀ ਕੱਟੀ ਹੈ ਤੇ ਚੱਕ ਕਰਾ, ਬਿਲਕੁਲ ਤਾਜ਼ਾ ਸਹੀ ਹੈ, ਬਿਲਕੁਲ ਸੇਮ ਹੈ, ਐ ਚੱਲ ਐ ਵੇਖੋ ਸਿਆਹ ਕਾਲੀ ਮੱਧ ਵੀ ਅੱਲਾ ਦੇ ਹੁਕਮ ਨਾਲ ਗਿੱਠ ਗਿੱਠ ਪਛਮ ਹੈ, ਰਾਣੀ ਮੈਂ ਦਰਿਆ ਦੀ ਜੈਨ ਮੈਂ ਨੀਲੀ ਕੱਟੀ, ਚਾਹ ਕੱਟੀ ਅੱਗੇ ਟੋਰ ਤਸੱਲੀ ਕਰਾਣੀ ਰਿਆਸ ਹੈ, ਦੂਰ ਜਾਂਦੀ ਹੈ ਮੱਝ ਨਜ਼ਰ ਆਵੇ, ਟੋਰੋ ਜੀ ਟੋਰੋ ਕੱਟੀ ਚੀ ਹੈ ਵੱਡੀ ਹੈ ਮੇਰੇ ਭਰਾਵਾਂ ਦੇ ਸਾਹਮਣੇ ਹੈ, ਕੱਟੀ ਚੁੱਕ ਲਓ ਜੀ, ਮੌਕੇ ਤੇ ਆਵੋਗੇ ਜਿੰਨਾ ਕੱਦ ਇੱਥੇ ਵੇਖ ਰਹੋ ਇਵੇਂ ਹੀ ਹੋਵੇਗਾ, ਮਾਸ਼ਾਅੱਲਾ ਜਨਾਬ, ਮੱਠਾ 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 ਤੁਰਨ ਫਿਰਨ ਵੀ ਭਰਾਵਾਂ ਨੂੰ ਵਿਖਾ ਰਹੇ ਹਨ, ਤਸੱਲੀ ਕਰਾਓ ਕਿਉਂਕਿ ਮੁਕੰਮਲ ਤਸੱਲੀ ਕਰਾਣੀ ਹੈ, ਚੈੱਕ ਕਰਾ ਜੈਨ ਮੈਰ ਬ੍ਰਾਂਡ ਨੀਲੀ ਦਾ, ਮੈਂ ਤਾਂ ਪੁਛਣ ਦੇ ਵਿੱਚ ਹੱਡੀ ਨਹੀਂ ਹੋਵੇਗੀ ਅੱਲਾ ਹੁਕਮ ਨਾਲ, ਪਿੱਛੋਂ ਵੀ ਇੱਕ ਮਿੰਟ ਦੀ ਚੈੱਕ ਕਰਾ, ਸਹੀ ਕਰਾ ਮੈਂ ਤੋਰ, ਮੈਂ ਦੀ ਤੋਰ ਵੇਖੋ ਨਵਾਬਾ ਰੰਗੀ ਇਨਸ਼ਾਅੱਲਾ ਅੱਲਾ ਹੁਕਮ ਨਾਲ, ਵੇਖ ਕਿਵੇਂ ਮੈਂ ਜਾ ਰਹੀ, ਕੋਈ ਤੇਲ ਨਹੀਂ ਲੱਗਾ, ਕੋਈ ਨਾਪੀ ਦੋਪੀ ਨਹੀਂ, ਇਨਸ਼ਾਅੱਲਾ ਦੁੱਧ ਵਾਲੀ ਹੈ ਮੱਝ, ਮੋੜ ਬੜੀ ਲੰਬੀ ਗਰਦਨ ਬਰੀਕ ਕੱਦ ਬੜਾ ਮਾਸ਼ਾਅੱਲਾ ਬਰੀਕ ਠੱਲ ਇੱਥੇ, ਚੈੱਕ ਕਰਾ ਰਿਹਾ ਮੂੰਹ ਦੀ ਅਸੀਲ ਸਹੂ ਅੱਲਾ ਦੇ ਹੁਕਮ ਨਾਲ, ਚੈੱਕ ਕਰੋ ਦੰਦੂ ਜੋ ਕੁਝ ਵੀ ਨੇ ਤੁਹਾਡੇ ਸਾਹਮਣੇ ਚੈੱਕ ਕਰ ਲਓ, ਅਸੀਂ ਇਹ ਨਹੀਂ ਕਹਿੰਦੇ ਦੁੰਦੀ ਹੈਗੀ ਹੈ, ਇਹ ਨੀਲੀ ਤੇ ਮੱਝਾਂ ਦੀ ਨਿਸ਼ਾਨੀ ਜਨਾਬ ਮਾਸ਼ਾਅੱਲਾ, ਤੇ ਮੱਝ ਨੂੰ ਖਵਾਣਾ ਤਸੱਲੀ ਕਰਾ, ਤਸੱਲੀ ਤੋਰ ਫੇਰ ਕੇ ਇੱਕ ਵਾਰ ਹੋਰ ਮੋੜ ਤੋਰ, ਕੋਈ ਗੱਲ ਨਹੀਂ ਥੋੜਾ ਜਿਹਾ ਬਾਹਰ ਤਾਂ ਹੈਗਾ, ਕੱਟੀ ਵੱਡੀ ਹੈ ਕੋਈ ਟੈਨਸ਼ਨ ਨਹੀਂ, ਤਸੱਲੀ ਕਰਾਣੀ ਮਾਰ ਆਪ, ਇਹ ਚੈੱਕ ਕਰਾਓ ਰਿਆਜ਼ ਬਾਈ, ਤਸੱਲੀ ਨਾਲ ਚੈੱਕ ਕਰਾਣਾ ਮੇਰੇ ਭਰਾਵਾਂ ਨੂੰ, ਕੋਈ ਆਪਾਂ ਨੂੰ ਚੱਪਾ ਚੱਪਾ ਪੂਰੀ ਜੋਤੀ ਤੇ ਪਛਮ ਪਛਮ ਪੂਛਲ ਦੇ ਵਿੱਚ ਅੱਲਾ ਦੇ ਹੁਕਮ ਨਾਲ ਕੋਈ ਹੱਡੀ ਦਾ ਨਿਸ਼ਾਨ ਨਹੀਂ ਹੋਵੇਗਾ, ਇਹ ਤੋੜ ਬੰਦ ਲੈ, ਵੈਸਾ ਬੇਬੀ ਲੋਕ ਤੁਹਾਡੇ ਬੜੀਆਂ ਨਕਲਾਂ ਲਾ ਰਹੇ ਨੇ ਅੱਜ ਕੱਲ੍ਹ, ਪੁੱਛ ਲਾ ਲੀਆਂ, ਅੱਛਾ ਬਿਹਤਰ ਹੋ ਰਹੀ ਹੈ, ਜਿਹੜੇ ਸਾਡੇ ਵੀਰ ਵੇਖਦੇ ਪੈਣ ਮਾਸ਼ਾਅੱਲਾ ਬੜਾ ਮੱਝ ਨੂੰ ਸਮਝ ਦੇਣ, ਬੜੇ ਸਿਆਣੇ ਹੈਗੇ, ਸਾਡਾ ਕੰਮ ਹੈ ਨਸਲ ਜ਼ਾਤ, ਮੈਂ ਦੀ ਥੱਲ ਹੈ ਤੇ ਕੱਟੀ ਥੱਲੇ ਰੱਖ ਦੇ, ਐਥ ਚੈੱਕ ਕਰਾ ਮੈਂ ਦੀ ਨਸਲ ਜ਼ਾਤ, ਮੇਰੇ ਬਰਾ ਖੁਦ ਪਰਖ ਕਰਨਗੇ, ਬੱਕੀ ਬੱਕੀ ਮੈਂ ਦੀ ਬਿਲਕੁਲ ਛੋਟੀ ਹੈ, ਚੈੱਕ ਕਰ ਲਓ ਮੈਂ ਦੀਆਂ ਹੱਡੀਆਂ ਵੇਖੋ, ਕੀਮਤੀ ਹੱਡੀਆਂ ਮੈਂ ਦੀਆਂ, ਲੋਕਲ ਹੱਡੀਆਂ ਨਹੀਂ ਹਨ, ਕੀਮਤੀ ਹੱਡੀਆਂ ਬਰੀਕ, ਮੈਂ ਵੇਖੋ ਐ ਵੇਖੋ 3-3 ਇੰਚੀ ਹੈ ਉੱਤਾ ਜਾ ਰਹੀ ਹੈ ਇੱਧਰ ਵੇਖੋ, ਬਿਲਕੁਲ ਬਰੀਕ ਸਾਰੀ ਜੋਟੀ ਹਲਦੀ, ਮਾਸ਼ਾਅੱਲਾ 2-3 ਕਿਲੋ ਚੋਇਆ ਮਾਸ਼ਾਅੱਲਾ, ਹੁਣ ਹੀ ਵਿਖਾਣੇ, ਐ ਵੇਖ ਰਿਹਾ ਮੈਂ ਦੀ ਜ਼ਰੂਰਤ ਨਹੀਂ, ਮੈਂ ਪੈਰ ਪੱਟ ਜਾਵੇ ਐਲਾ
ਇਹ ਜਨਾਬ ਨੀਲੀ ਦੀ ਨਿਸ਼ਾਨੀਆਂ ਹੈ, ਇਹ ਜਨਾਬ ਨੀਲੀ ਦੀ ਨਿਸ਼ਾਨੀਆਂ ਅੱਲਾ ਦੇ ਹੁਕਮ ਨਾਲ। ਚਾਰੇ ਥਣ ਬੰਦਿਆਂ ਦੇ ਚੋਇਸ ਸਹੀ ਹੋਵੇਗੀ, ਇਹ ਸਹੀ ਹੋਵੇਗੀ। ਇਧਰ ਵੇਖੋ ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਹ ਵੇ ਕੱਟੀ ਥੋੜਾ ਪਿਛਾ ਕਰ ਰਹਿ ਸਾਹਿਬ, ਬੱਚਾ ਪਿਛਾ ਨੇ ਬੱਚਾ ਯਾਰ ਬਾਂਹ ਤੂੰ ਪਾਕ ਪਤਨ ਲੈ ਜਾ, ਬੱਚੇ ਦਾ ਕਿਹੜਾ ਰੋਲ ਹੈ। ਇਹ ਵੇਖੋ ਮਾਸ਼ਾਅੱਲਾ, ਚੱਕ ਕਰਾਓ ਤਸੱਲੀ ਕਰਾਣੀ ਆਪਾਂ। ਇਹ ਵੇਖੋ ਕੋਈ ਛੱਟਾ ਨਹੀਂ, ਕੋਈ ਫੁਹਾਰਾ ਨਹੀਂ, ਬਿਲਕੁਲ ਮੈਂ ਦਾ ਬੱਚਾ ਹੈਗਾ ਮੈਂ ਦਾ ਕੱਟੀ। ਮਾਸ਼ਾਅੱਲਾ ਜੇ ਵੀ ਪਾ ਲਈ ਜੋਟੀ ਨੇ ਮੁਕੰਮਲ ਸਾਫ ਹੈ ਜੋ ਕੁਝ ਵੀ ਹੈ। ਇਹ ਮੇਰੇ ਭਰਾ ਇਹਨੂੰ ਤਸੱਲੀ ਨਾਲ ਵੇਖ ਲਵਨ ਜੀ ਜੀ, ਕੋਈ ਦੋ ਨੰਬਰੀ ਨੇ ਮੌਕੇ ਤੇ ਆਵਣ, ਚੈੱਕ ਕਰਨ, ਰਾਤ ਰਵਣ, ਇਹਨੂੰ ਚੋਵਣ, ਤਸੱਲੀ ਕਰਨ। ਜਿਹੜੀ ਚੀਜ਼ ਨਜ਼ਰ ਆ ਰਹੀ ਅੱਲਾ ਦੇ ਹੁਕਮ ਨਾਲ ਇੱਥੇ ਆ ਕੇ ਵੇਖਣਗੇ, ਇਹੋ ਚੀਜ਼ ਹੋਵੇਗੀ। ਵੈਸਾ ਵੀਡੀਓ ਲੰਮੀ ਹੁੰਦੀ ਪਈ, ਆਓ ਖਾਂਦੇ ਡਿਮਾਂਡ ਦੀ ਗੱਲ ਕਰੀਏ। ਚੰਗੇ ਮਾਲ ਦੀ ਵੀਡੀਓ ਲੰਮੀ ਹੁੰਦੀ ਹੈ, ਸਿਰਫ ਲੰਬੀ ਵੀਡੀਓ ਤੇ ਤਾਂ ਹੋ ਜਾਂਦੀ ਜੀ, ਥੋੜਾ ਜਿਹਾ ਤਸੱਲੀ ਕਰਾਈ ਦੀ। ਅੱਲਾ ਦੇ ਹੁਕਮ ਨਾਲ ਕੀਮਤੀ ਮੈਂ ਥੱਲੇ ਬੈਠ ਚੈੱਕ ਕਰਾਇਆ ਨਾ ਜੀ ਜੀ, ਬੱਚਾ ਜਿੱਥੇ ਮਰਜ਼ੀ ਬੰਦੇ, ਇਹ ਨੀਲੀ ਦੀ ਨਿਸ਼ਾਨੀ ਹੁੰਦੀ ਹੈ। ਤੇ ਰਾਏ ਸਾਹਿਬ ਇਹਦੀ ਡਿਮਾਂਡ ਕਰੋ ਭਾਈ ਜੀ, ਡਿਮਾਂਡ ਦੀ ਗੱਲ ਕਰੀਏ ਜੀ ਜੀ, ਠੀਕ ਹੈ। ਜੋਟੀ ਮੇਰੀ 4 ਲੱਖ ਰੁਪਏ ਦੀ ਜੀ, ਠੀਕ ਹੈ, ਡਿਮਾਂਡ ਨਹੀਂ ਕਰਨੀ। 3 ਲੱਖ ਤੇ 80,000 ਦੀ ਜਿਹੜੇ ਬਰਾਂਡ ਚੰਗੀ ਲੱਗੇ, ਇਹਨੂੰ ਆ ਕੇ ਚੈੱਕ ਕਰਨ, ਚੋਵਣ, 2 ਟਾਈਮ 3 ਟਾਈਮ 10 ਦਿਨ ਵਿੱਚ ਉਹਨਾਂ ਨੂੰ ਛੁੱਟੀ ਹੈ। 4 ਲੱਖ ਰੁਪਇਆ ਡਿਮਾਂਡ ਹੈ ਹਾਂਜੀ, 3 ਲੱਖ 3 ਲੱਖ 80,000 ਦੀ, ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਲਾਜ਼ਮੀ ਹੋਵੇਗਾ। ਖਾਨਦਾਨੀ ਮੈਂ ਇਹਦੇ ਵਿੱਚੋਂ ਹੈ, ਇਧਰ ਚੈੱਕ ਕਰਾ ਮਾਸ਼ਾਅੱਲਾ, ਕਾਲੀ ਬੂੰਦ ਰਹਿੰਗੀ ਮਾਸ਼ਾਅੱਲਾ ਜੀ। ਮੈਂ ਕੱਟੀ ਦੇਵੇ ਨਾ 2 ਕੁ ਵਾਲ ਐਨ ਚਿੱਟੇ ਮੱਥੇ ਦੇ, ਬਿਲਕੁਲ ਸਿਆਹ ਕੱਟੀ। ਵਿਖਾਉਣ ਵਾਲੇ ਵੀਰਾਂ ਨੂੰ ਤਸੱਲੀ ਕਰਾਈ ਜਨਾਬ, ਇਸ ਨਾਲ ਹੀ ਆਪਣੇ ਮੇਜ਼ਬਾਨ ਮੁਹੰਮਦ ਰਿਆਜ਼ ਨੂੰ ਦਿਓ ਇਜਾਜ਼ਤ, ਇਨਸ਼ਾਅੱਲਾ ਕਿ ਨਹੀਂ ਉਹ ਲਾਜਵਾਬ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।